असी करोना काल च भी सेवा की है मोदी सरकार ने स्पैशल लवाइया गई भी पर सानू ओ कोई सानू ओह नहीं हो मिले नहीं हक नहीं मिले जी बस ऐवें चली जांदा जी बस ऐ हुंदा जी हाँ जी पढ़ाइयां पढ़ा लिखाई बहुत औखा जी की कहना चाहेंगे जी असीं हुण गरीब आदमी तुहानूं पता ही है सारा कुछ इत्थे मुल दा चलदा जी ਪੰਜਾਬ ਲੇਬਰ ਯੂਨੀਅਨ ਜਿਨ੍ਹਾਂ ਦੇ ਬਣਦੇ ਹੱਕ ਹਜੇ ਤੱਕ ਨਹੀਂ ਦਿੱਤੇ ਸਰਕਾਰਾਂ ਨੇ ਖੂਨ ਪਸੀਨੇ ਦੀ ਕਮਾਈ ਤੇ ਧਾਵਾ ਬੋਲ ਰਹੇ ਹਨ ਮੌਜੂਦਾ ਠੇਕੇਦਾਰ ਤੇ ਮੌਕੇ ਦੀਆਂ ਸਰਕਾਰਾਂ ਅੱਜ ਸਾਡੀ ਟੀਮ ਪਹੁੰਚੀ ਹੈ ਭਦੌੜ ਵੇਅਰ ਹਾਊਸ ਜਿੱਥੇ ਲੇਬਰ ਯੂਨੀਅਨ ਵੱਲੋਂ ਕਿਹਾ ਗਿਆ ਕਿ ਠੇਕੇਦਾਰ ਸਾਡੀ ਕਮਾਈ ਤੇ ਲੁੱਟ ਖੋ ਕਰ ਰਹੇ ਨੇ ਤੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਬਣਦੀ ਮਿਹਨਤ ਤਾਂ ਸਾਨੂੰ ਦਿੱਤੀ ਜਾਵੇ ਸਾਡੇ ਮੀਡੀਆ ਨਾਲ ਗੱਲ ਕਰਦੇ ਹੋਏ ਭਦੌੜ ਲੇਬਰ ਯੂਨੀਅਨ ਪ੍ਰਧਾਨ ਬਲਦੇਵ ਸਿੰਘ ਵੱਲੋਂ ਕਿਹਾ ਗਿਆ ਕਿ ਠੇਕੇਦਾਰ ਲੁਟੇਰੇ ਹਨ ਤੇ ਸਾਨੂੰ ਲੁੱਟ ਲੁੱਟ ਖਾ ਰਹੇ ਹਨ ਮਜ਼ਦੂਰ ਜੋ ਰਾਸ਼ਨ ਘਰ ਘਰ ਪਹੁੰਚਾਉਂਦੇ ਹਨ ਅੱਜ ਉਹਨਾਂ ਦੇ ਘਰ ਹੀ ਖਾਣਾ ਦੋ ਟਾਈਮ ਬੜੀ ਮੁਸ਼ਕਿਲ ਨਾਲ ਬਣਦਾ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਕਿ ਸਾਡੀ ਸੁਣਵਾਈ ਕੀਤੀ ਜਾਵੇ ਤਾਂ ਜੋ ਅਸੀਂ ਵੀ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਤੀਤ ਕਰ ਸਕੀਏ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਹੀਰੋ ਦੀ ਇੱਕ ਉਹ ਹੀਰੋ ਨੇ ਜੋ ਬਾਰਡਰਾਂ ਤੇ ਪਹਿਰਾ ਦਿੰਦੇ ਨੇ ਜਿਹੜੇ ਅਸੀਂ ਸੁੱਖ ਰਾਤ ਦੀ ਨੀਂਦ ਸੁਣਦੇ ਹਾਂ ਇੱਕ ਇਹ ਹੀਰੋ ਨੇ ਜਿਹੜੇ ਘਰ ਘਰ ਨਾਚ ਪਹੁੰਚਾਉਂਦੇ ਨੇ ਕੋਵਿਡ ਦੇ ਵੇਲੇ ਆਪਣੀ ਜਾਨ ਤੇ ਖਤਰੇ ਤੇ ਖੇਡਦੇ ਹੋਏ ਨੇ ਘਰ ਘਰ ਨਾਚ ਪਹੁੰਚਾਇਆ ਪਰ ਸਰਕਾਰਾਂ ਨੂੰ ਇਹਨਾਂ ਦੀ ਫਿਕਰ ਨਹੀਂ ਫਿਕਰ ਤਾਂ ਉਹਨੇ ਕੀ ਕਰਨੀ ਆਪਾਂ ਜਿਹੜੇ ਇਹਨਾਂ ਦੇ ਮੁੱਢਲੀ ਅਧਿਕਾਰ ਨੇ ਮੁੱਢਲੀ ਇਹਨਾਂ ਦੇ ਜਿਹੜੀ ਮਿਹਨਤ ਆ ਉਸ ਤੋਂ ਵੀ ਡਾਕੇ ਮਾਰੇ ਜਾਂਦੇ ਨੇ ਸਰਕਾਰਾਂ ਵੱਲੋਂ ਇਹਨਾਂ ਲੋਲੀਪੋਪ ਦਿੱਤੇ ਜਾਂਦੇ ਨੇ ਪਰ ਹਜੇ ਤੱਕ ਸਰਕਾਰਾਂ ਨੇ ਇਹਨਾਂ ਦੇ ਬਾਰੇ ਨਹੀਂ ਸੋਚਿਆ ਇਹਨਾਂ ਦੀ ਬਣਦੀ ਮਿਹਨਤ ਤਾਂ ਬਹੁਤ ਦੂਰ ਦੀ ਗੱਲ ਹੈ ਇਹਨਾਂ ਦੀ ਬਣਦੀ ਮਿਹਨਤ ਕਟੌਤੀ ਕਰਕੇ ਆਪਣੇ ਘਰ ਭਰੇ ਜਾਂਦੇ ਹਨ ਸਾਡੇ ਨਾਲ ਨੇ ਬਲਦੇਵ ਸਿੰਘ ਪ੍ਰਧਾਨ ਅਸੀਂ ਖੜਿਆ ਇਸ ਵਕਤ ਫਿਰ ਹੌਸ ਭਦੌੜ ਵਿਖੇ ਗੱਲ ਕਰਾਂਗੇ ਕੀ ਕਹਿਣਾ ਚਾਹੋ ਇਹ ਜੀ ਸਾਡੀ ਬੇਨਤੀ ਇਹ ਹੈ ਜੀ ਗੱਲ ਹੁਣ ਮੇਰੇ ਸਾਨੂੰ ਠੇਕੇਦਾਰ ਵਿੱਚ ਹੀ ਸਾਡੇ ਹੋਰ ਲੁਟੇਰੇ ਲੁੱਟ ਲੁੱਟ ਖਾਈ ਜਾਂਦੇ ਆ ਜੀ ਹਾਂਜੀ ਮਿਹਨਤ ਪੂਰੀ ਮਿਲ ਨਹੀਂ ਰਹੀ ਜੀ ਅਤੇ ਸਾਡੀ ਬੇਨਤੀ ਇਹ ਹੈ ਜੀ ਆਹ ਸਾਡਾ ਭੁਗਤਾਨ ਸਿੱਧਾ ਕੀਤਾ ਜਾਵੇ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਕੀਤਾ ਜਾਵੇ ਜੀ ਬਹੁਤ ਧੰਨਵਾਦ ਹਾਂ ਜੀ ਹਾਂਜੀ ਤੁਹਾਡੀ ਕਿੰਨੀ ਮਿਹਨਤ ਬਣਦੀ ਹੈ ਜਿਹੜੀ ਸਰਕਾਰ ਤੁਹਾਨੂੰ ਜਿਹੜੀ ਤੁਹਾਡੀ ਮਿਹਨਤ ਤੁਹਾਡੀ ਕਿੰਨੀ ਬਣਦੀ ਹੈ ਪਰ ਠੇਕੇਦਾਰ ਉਹਨਾਂ ਤੁਹਾਨੂੰ ਕਿੰਨੀ ਮਿਹਨਤ ਮਿਲਦੀ ਹੈ ਮਿਹਨਤ ਬਣਦੀ ਹੈ ਜੀ ਸਾਡੀ ਮੰਨ ਲਓ 5 ਰੁਪਏ ਗੱਟਾ ਬਣਦਾ ਜੀ ਸਾਨੂੰ ਦਿੰਦੇ ਆ ਜੀ 2 ਰੁਪਏ ਗੱਟਾ 2 ਰੁਪਏ ਗੱਟਾ ਦਿੰਦੇ ਆ ਜੀ ਬਾਕੀ ਸਾਡਾ ਕੁਛ EPF ਜਮ੍ਹਾਂ ਕਰਾ ਦਿੰਦੇ ਆ ਜੀ ਅਤੇ ਬਾਕੀ ਜੀ 2 ਰੁਪਏ ਗੱਟੇ ਦੇ ਹਿਸਾਬ ਨਾਲ 2.5 ਰੁਪਏ ਦੇ ਗੱਟੇ ਦੇ ਹਿਸਾਬ ਨਾਲ ਇਹ ਖਾਈ ਜਾਂਦੇ ਠੇਕੇਦਾਰ ਹਾਂਜੀ ਹਾਂਜੀ ਸਾਰਾ ਦਿਨ ਮਿਹਨਤ ਕਰਦੇ ਹੋ ਬੋਰੀ ਢੋਨੇ ਹੋ ਪਰ ਸ਼ਾਮ ਨੂੰ ਜਦੋਂ ਮਿਹਨਤ ਦੀ ਗੱਲ ਆਉਂਦੀ ਆ ਪਰ ਪੱਲੇ ਕੁਛ ਨਹੀਂ ਪੈਂਦਾ ਹਾਂ ਪੱਲੇ ਕੁਛ ਨਹੀਂ ਪੈਂਦਾ ਸਾਰੀ ਦਿਹਾੜੀ ਮਿਹਨਤ ਕਰਕੇ ਜੀ ਸਾਰੀ ਦਿਹਾੜੀ ਬੋਰੀਆਂ ਚੱਕ ਕੇ ਆਹ ਦੇਖ ਲਓ ਸੰਗਤ ਦੇ ਕੀ ਹਾਲਾਤ ਆ ਜੀ ਸਾਰੇ ਮੁੜ ਕੇ ਨਾ ਭਿੱਜੇ ਪਏ ਆ ਜੀ ਹਾਂਜੀ ਕੁਛ ਪੱਲੇ ਨਹੀਂ ਪੈਂਦਾ ਜੀ ਸੰਗਤ ਦੇ ਸਾਰਾ ਕੁਛ ਜੀ ਮੰਨੋ ਠੇਕੇਦਾਰ ਕੋ ਸਾਡੇ ਵਿੱਚ ਆਗੂ ਲੁਟੇਰੇ ਆ ਇਹ ਸਾਰੇ ਲੁੱਟ ਲੁੱਟ ਖਾਈ ਜਾਂਦੇ ਆ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕੋਈ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਇਹਨਾਂ ਨੇ ਆਪਦੇ ਘਰ ਤੋਂ ਸ਼ੁਰੂ ਗੱਲ ਕੀਤੀ ਆ ਕੋਈ ਸਰਕਾਰ ਨੇ ਆਪਦੇ ਘਰ ਤੋਂ ਗੱਲ ਸ਼ੁਰੂ ਕੀਤੀ ਆ ਆਪਦੇ ਸਾਥੀਆਂ ਤੋਂ ਗੱਲ ਸ਼ੁਰੂ ਕੀਤੀ ਆ ਕਿ ਜਿਹੜੇ ਲੁੱਟ ਲੁੱਟ ਖਾ ਰਹੇ ਨੇ ਸੱਚੀ ਗੱਲ ਹੈ ਡਾਇਰੈਕਟ ਗੱਲ ਆ ਮੂੰਹ ਤੇ ਗੱਲ ਕਹੀ ਆ ਇਹ ਹੁੰਦੇ ਨੇ ਯੋਧੇ ਫਿਰ ਵੀ ਹੌਸਲੇ ਬੁਲੰਦ ਨੇ ਕੋਈ ਗੱਲ ਨਹੀਂ 45 ਡਿਗਰੀ ਤਾਪਮਾਨ ਹੈ ਮੋਢੇ ਤੇ ਬੋਰੀ ਚੱਕ ਰਹੇ ਨੇ ਫਿਰ ਵੀ ਸਰਕਾਰ ਦਾ ਕੰਮ ਕਰ ਰਹੇ ਨੇ ਦੇਖੋ ਸਰਕਾਰਾਂ ਲੁੱਟੀ ਸਰਕਾਰ ਦਾ ਕੰਮ ਫਿਰ ਵੀ ਕਰ ਰਹੇ ਨੇ ਕਿ ਸਰਕਾਰ ਕੰਮ ਕਦੇ ਰੋਕਣ ਨਹੀਂ ਦੇਣਾ ਪਰ ਸਰਕਾਰਾਂ ਨੂੰ ਕਿਤੇ ਨਾ ਕਿਤੇ ਬੇਸ਼ਰਮੀ ਮਹਿਸੂਸ ਹੋਣੀ ਚਾਹੀਦੀ ਹੈ ਸਾਡੇ ਨਾਲ ਦੇਖੋ ਬਜ਼ੁਰਗ ਬੰਦੇ ਹੈਗੇ ਨੇ ਜਿਨ੍ਹਾਂ ਦਾ ਕੁੜਤਾ ਪੂਰਾ ਪਸੀਨੇ ਨਾਲ ਭਰ ਚੁੱਕੇ ਨੇ ਕੀ ਕਹਿਣਾ ਚਾਹੋਗੇ ਮਿਹਨਤੀ ਨਹੀਂ ਮਿਲਦੀ ਜੀ ਘਰੇ ਫਿਰ ਗੁਜ਼ਾਰਾ ਕਿਵੇਂ ਚੱਲਦਾ ਬਸ ਐਵੇਂ ਚੱਲੀ ਜਾਂਦਾ ਜੀ ਕਿਵੇਂ ਟਾਈਮ ਪਾਸ ਹੁੰਦਾ ਮਸਾਂ ਹੀ ਹੁੰਦਾ ਜੀ ਔਖਾ ਹੁੰਦਾ ਹਾਂਜੀ ਬੱਚੇ ਦੀ ਪੜ੍ਹਾਈਆਂ ਪੜ੍ਹਾ ਲਿਖਾਈ ਬਹੁਤ ਔਖਾ ਜੀ ਮਨ 'ਚ ਰੋਸ ਹੈ ਹਾਂਜੀ ਰੋਸ ਹੀ ਹੈ ਦੇਖ ਲਓ ਕਹਿੰਦੇ ਇਹ ਨੇ ਗੁਰੂ ਦੇ ਪਿਆਰੇ ਮਨ ਦੇ ਵਿੱਚ ਰੋਸ ਵੀ ਆ ਫਿਰ ਵੀ ਕੰਮ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁੜਤਾ ਇਹਨਾਂ ਦਾ ਪਸੀਨੇ ਨਾਲ ਭਿੱਜਿਆ ਹੋਇਆ ਜਜ਼ਬਾਤੀ ਹੋ ਗਏ ਪਰ ਕਿੱਥੇ ਨਾ ਕਿੱਥੇ ਸਰਕਾਰਾਂ ਨੂੰ ਇਹਨਾਂ ਤੋਂ ਵੀ ਸਿਝਲੇ ਚਾਹੀਦੇ ਆ ਸਾਡੇ ਨਾਲ ਇੱਕ ਬਜ਼ੁਰਗ ਹੋਰ ਚੁੱਕ ਚੁੱਕੇ ਤੁਸੀਂ ਦੇਖ ਚਿੱਟੀ ਦਾੜੀ ਹੈ ਫਿਰ ਵੀ ਮਿਹਨਤ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹਾਂਗੇ ਜੀ ਅਸੀਂ ਹੁਣ ਗਰੀਬ ਆਦਮੀ ਹਾਂ ਤੁਹਾਨੂੰ ਪਤਾ ਹੀ ਹੈ ਵੀ ਸਾਰਾ ਕੁਛ ਇੱਥੇ ਮੁੱਲ ਦਾ ਹੀ ਚੱਲਦਾ ਜੀ ਮਿਹਨਤ ਪ੍ਰੋਪਰ ਮਿਲਦੀ ਹੈ ਕੁਛ ਨਹੀਂ ਜੀ ਮਿਲਦਾ ਫਿਰ ਵੀ ਕੰਮ ਕਰ ਰਹੇ ਹੋ ਫਿਰ ਕੰਮ ਤਾਂ ਕਰਨਾ ਹੀ ਪੈਣਾ ਜੀ ਹੁਣ ਅੰਗਾਂ ਤੋਂ ਵੀ ਹਰੀ ਹੋਏ ਹੋਏ ਆ ਫਿਰ ਵੀ ਕਰੀ ਜਾਂਦੇ ਹਾਂ ਜੀ ਕੰਮ ਕਰਦੇ ਨੂੰ ਬਹੁਤ ਸਮਾਂ ਹੋਗਾ ਜੀ ਪਹਿਲਾਂ FC 'ਚ ਕਰਦਾ ਸੀਗਾ ਜਿਉਂ ਡੀਪੂ ਚੱਲਿਆ ਉਦੋਂ ਦੇ ਕੰਮ ਕਰੀ ਜਾਂਦੇ ਹਾਂ ਜੀ ਬਾਪੂ ਸੁਣਿਆ ਕਿ ਨੌਜਵਾਨ ਸੀ ਜਦੋਂ ਕੰਮ ਕਰ ਰਹੇ ਹਾਂ ਪਰ ਹੁਣ ਬੁੜਾ ਹੋ ਗਿਆ ਹਜੇ ਤੱਕ ਵੀ ਉਮੀਦ ਨਹੀਂ
पर जाग जाना चाहिए सरकारां नूं, पर सरकारां ते ठीक है उन्हां दा कम तां लुटणा, पर जिहड़े इन्हां दे नुमाइंदे ने उन्हां वल्लों वी जाग जाना चाहिए कि इन्हां दी बनती मेहनत इन्हां नूं बननी चाहिए है। साडे नाल नौजवान ने गल करांगे, की कहना चाहोगे वीर जी? बस मेहनत ही नहीं साडी पूरी मर रही। परिवार च कौन कौन है? मां प्यो ही है सारी। अच्छा जी, ब्याह हो गया? चार पांच जने खाण वाले, पैसे दो कमाउण वाले जी। घर दा गुजारा किवें चलदा? बस अजी टाइम पास हो जांदा जी बस। ਬਾਈ ਜੀ ਬਹੁਤ ਬਹੁਤ ਆਪਦਾ ਧੰਨਵਾਦ ਆ ਤੁਹਾਡਾ ਇਹ ਨਿਊਜ਼ ਵਾਲਿਆਂ ਦਾ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਕਰੋਨਾ ਕਾਲ 'ਚ ਵੀ ਸੇਵਾ ਕੀਤੀ ਹੈ, ਮੋਦੀ ਸਰਕਾਰ ਨੇ ਸਪੈਸ਼ਲਾਂ ਲਵਾਈਆਂ ਗਈਆਂ ਵੀ, ਪਰ ਸਾਨੂੰ ਉਹਦੇ ਵਿੱਚ ਕੋਈ ਸਾਨੂੰ ਉਹ ਨਹੀਂ ਹੋਇਆ, ਮਿਲਿਆ ਨਹੀਂ ਪੂਰਾ, ਉਹਦਾ ਹੱਕ ਨਹੀਂ ਮਿਲਿਆ ਜੀ। ਹਾਂ ਰੋਸ ਹੈ ਮਨ 'ਚ? ਪੂਰਾ ਰੋਸ ਹੈ ਜੀ ਸਾਨੂੰ। ਹਾਂ ਵਾਅਦੇ ਵੀ ਕਰਦੀਆਂ ਸਰਕਾਰਾਂ ਪੱਕੇ ਕਰਨ ਦੇ, ਪਰ ਪੱਕੇ ਅਜੇ ਕਿਤੇ ਕਰਨ ਸਾਨੂੰ ਦਿੰਦਾ ਨਹੀਂ ਕਿਨਾਰਾ ਜੀ। ਪੱਲੇਦਾਰ ਦੁਨੀਆਂ ਜਿੰਦਾਬਾਦ।